ਅੱਜ ਇਹ ਜਿਹੜਾ ਸਾਡੇ ਕਿਸਾਨਾਂ ਦੇ ਉੱਤੇ ਦਿੱਲੀ ਜਾਂਦੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਾ, ਉਹਦੇ ਸੰਬੰਧ ਦੇ ਵਿੱਚ ਉਹਨਾਂ ਦੇ ਜਿਹੜਾ ਜਬਰ ਕਰਿਆ ਸਰਕਾਰ ਨੇ ਉਹਦੇ ਸੰਬੰਧ ਦੇ ਵਿੱਚ 3 ਘੰਟਿਆਂ ਦਾ ਰੇਲ ਜਾਮ ਦਾ ਪ੍ਰੋਗਰਾਮ ਦਿੱਤਾ, 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲਾਂ ਰੋਕਾਂਗੇ। ਜੇ ਸਰਕਾਰ ਨੇ ਆਪਦੇ ਜਾਬਰ ਹੱਥ ਵਾਪਸ ਨਾ ਲਏ ਤਾਂ ਇਹਨੂੰ ਐਕਸ਼ਨ ਨੂੰ ਹੋਰ ਤਿੱਖਾ ਕਰਾਂਗੇ, ਹੋਰ ਤੇਜ਼ ਕਰਾਂਗੇ। ਦੇਖੋ ਦਿੱਲੀ ਜਾਣਾ ਨਾ ਜਾਣਾ ਅਲੱਗ ਗੱਲ ਹੈ, ਇੱਥੋਂ ਬੈਠੇ ਵੀ ਅਸੀਂ ਦਿੱਲੀ ਬਣਾ ਦਿੰਦੇ ਹੁੰਦੇ ਹਾਂਗੇ। ਇਸ ਕਰਕੇ ਉਹ ਸਾਥੀਆਂ ਦੀ ਜਿਹੜੀ ਸਾਡੇ ਸਾਥੀ ਗਏ ਹੋਏ ਨੇ, ਉਹ ਅਲੱਗ ਤੋਂ ਉਹਨਾਂ ਦਾ ਮੋਰਚਾ ਬਣਾਇਆ ਹੋਇਆ ਗੈਰ ਰਾਜਨੀਤਿਕ, ਉਹ ਆਪਦੇ ਮਤਲਬ ਦਮ 'ਤੇ ਗਏ ਨੇਗੇ। ਅਸੀਂ ਸਾਡੇ ਭਰਾ ਨੇ ਉਹ, ਸਾਡੇ ਲੱਖ ਮਤਭੇਦ ਹੋਣ ਪਰ ਜਦੋਂ ਸਰਕਾਰ ਜਬਰ ਕਰਦੀ ਹੈ ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ। ਜੇ ਸਰਕਾਰ ਨੇ ਜਬਰ ਹੱਥ ਵਾਪਸ ਨਾ ਲਏ ਤਾਂ ਦਿੱਲੀ ਵੱਲ ਜਾ ਸਕਦੇ ਹਾਂ ਅਸੀਂ। ਇਸ ਕਰਕੇ ਆਉਣ ਵਾਲਾ ਸਮਾਂ ਸਾਡੀ ਜਿਹੜੀ ਸੂਬਾ ਸਰਕਾਰ ਕਮੇਟੀ ਲਊਗੀ ਉਹਦੇ ਉੱਤੇ ਫੁੱਲ ਚੜਾਵਾਂਗੇ। ਸੂਬਾ ਕਮੇਟੀ ਇਹਦੇ ਉੱਤੇ ਪੂਰਾ ਵਿਚਾਰ ਕਰ ਰਹੀ ਹੈ, ਪੂਰੀ ਬਿਉਂਤ ਕਰ ਰਹੀ ਹੈ।